ਤੇ ਹੁਣ ਗੱਲ ਕਰਾਂਗੇ ਕੁਝ ਬਹੁਤ ਹੀ ਅਹਿਮ ਸਰਗਰਮੀਆਂ ਦੇ ਬਾਰੇ ਉੜੀਸਾ ਰੇਲ ਹਾਦਸੇ ਦੇ ਵਿੱਚ 300 ਤੋਂ ਵੱਧ ਲੋਕਾਂ ਨੇ ਤੋੜਿਆ ਦਮ 700 ਦੇ ਕਰੀਬ ਲਾਪਤਾ ਉੜੀਸਾ ਦੇ ਵਿੱਚ ਵਾਪਰਿਆ ਰੇਲ ਹਾਦਸਾ ਰੇਲ ਇਤਿਹਾਸਾ ਸਭ ਤੋਂ ਪਿਆਨ ਖਾਸਿਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ਦੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਕੋਰਮੰਡਲ ਐਕਸਪ੍ਰੈਸ ਅਤੇ ਬੰਗਲੂਰੂ ਹਾਫ ਰੈਕਸਪ੍ਰੈਸ ਰੇਲ ਦੀ ਪੱਟੜੀ ਤੋਂ ਉਤਰ ਜਾਣ ਦੇ ਨਾਲ ਇੱਕ ਮਾਲ ਗੱਡੀ ਦੇ ਨਾਲ ਟਕਰਾਉਣ ਦੇ ਨਾਲ ਇੱਕ ਵੱਟਾ ਹਾਦਸਾ ਵਾਪਰ ਗਿਆ ਇਸ ਵੱਡੇ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 300 ਦੇ ਕਰੀਬ ਪਹੁੰਚ ਗਈ ਦੱਖਣੀ ਪੂਰਵੀ ਰੇਲਵੇ ਦੇ ਇੱਕ ਬੁਲਾਰੇ ਨੇ ਦੱਸਿਆ ਸੀ ਕਿ ਸ਼ੁੱਕਰਵਾਰ ਨੂੰ ਇਸ ਸੇ ਦੇ ਵਿੱਚ ਕਰੀਬ 300 ਲੋਕਾਂ ਦੀ ਮੌਤ ਹੋ ਚੁੱਕੀ ਆ ਤੇ 650 ਲੋਕ ਜ਼ਖਮੀ ਹੋਏ ਜਦਕਿ ਕਈ ਲੋਕ ਤਾਜੇ ਲਾਪਤਾ ਹੀ ਨੇ ਵੰਦੀ ਸਿੰਘ ਗੁਰਮੀਤ ਸਿੰਘ ਦੀ ਬੜੈਲ ਜੇਲ੍ਹ ਦੇ ਵਿੱਚੋਂ ਰਿਹਾਈ 28 ਸਾਲ ਬਾਅਦ ਮਿਲੀ ਹੈ ਪੱਕੀ ਜ਼ਮਾਨਤ ਬੀਤੀ ਦੇਰ ਸ਼ਾਮ ਸਿੱਖ ਸਿਆਸੀ ਕੈਦੀ ਭਾਈ ਗੁਰਮੀਤ ਸਿੰਘ ਦੀ 28 ਸਾਲਾਂ ਦੇ ਬਾਅਦ ਬੜੈਲ ਜੇਲ੍ਹ ਦੇ ਵਿੱਚੋਂ ਰਿਹਾਈ ਹੋਈ ਹੈ ਦੱਸ ਦੇ ਕੇ ਭਾਈ ਗੁਰਮੀਤ ਸਿੰਘ ਬਿਆਨਤ ਸਿੰਘ ਕਤਲ ਕੇਸ ਦੇ ਵਿੱਚ 28 ਸਾਲਾਂ ਤੋਂ ਜੇਲ੍ਹ ਦੇ ਵਿੱਚ ਨ ਸਰਬੰਸਾਂ ਜਿਨ੍ਹਾਂ ਦੀ ਪੱਕੀ ਜ਼ਮਾਨਤ ਵਕੀਲਾਂ ਦੀ ਟੀਮ ਅਤੇ ਕੌਮੇਨ ਇਨਸਾਫ ਮੋਰਚੇ ਦੇ ਯਤਨਾਂ ਸਦਕਾ ਹੋਈ ਹੈ ਇਸ ਮੌਕੇ ਕੌਮੇਨ ਇਨਸਾਫ ਮੋਰਚੇ ਦੇ ਵਕਫਾ ਕਾ ਕੋਨੇ ਕੀਆ ਕੇਸ ਤੋਂ ਪਹਿਲਾਂ ਮੋਰਚੇ ਦੇ ਵੱਲੋਂ ਵਾਪਸ ਸੁਰਤ ਸਿੰਘ ਨੂੰ 13 ਸਾਲ ਪਾਦ ਪੁਲਸਤੀ ਹਿਰਾਸਤ ਦੇ ਵਿੱਚੋਂ ਰ ਫੋਨ ਪਾਈ ਗੁਰਮੀਤ ਸਿੰਘ ਦੀ ਵਿਪੱਕੀ ਰਿਹਾਈ ਹੋ ਗਈ ਹੈ ਤੇ ਅਸੀਂ ਬਾਕੀ ਦੇ ਸਤ ਸਿੰਘਾਂ ਨੂੰ ਵੀ ਜਲਦੀ ਤੋਂ ਜਲਦੀ ਰਿਹਾ ਕਰਵਾਵਾਂਗੇ ਉੜੀਸਾ ਰੇਲ ਦੁਰਘਟਨਾ ਵਾਲੀ ਥਾਂ ਤੇ ਹਸਪਤਾਲ ਦਾ ਦੌਰਾ ਕਰਨਗੇ ਅੱਜ ਪੀਐਮ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਉੜੀਸਾ ਦੇ ਬਾਲਾਸੋਰ ਦੇ ਵਿੱਚ ਰੇਲ ਦੁਰਘਟਨਾ ਵਾਲੀ ਥਾਂ ਦੇ ਉੱਤੇ ਪਹੁੰਚਣਗੇ ਅਤੇ ਹਸਪਤਾਲ ਦਾ ਵੀ ਦੌਰਾ ਕਰਨਗੇ ਜਿੱਥੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਦਾਸ ਦੇ ਕਿ ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰ ਜਾਂਦਾ ਜਿੱਥੇ ਤਿੰਨ ਟ੍ਰੇਨਾਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਜਦਕਿ ਇੱਕ ਟ੍ਰੇਨ ਪਹਿਲਾਂ ਪਟੜੀ ਟੁੱਤਰ ਦੀ ਅਤੇ ਫਿਰ ਦੂਜੀ ਦੇ ਵਿੱਚ ਜਾ ਟਕਰਾਉਂਦੀ ਹੈ ਜਿਸ ਤੋਂ ਬਾਅਦ ਪਿੱਛੋਂ ਆ ਰਹੀ ਇੱਕ ਟ੍ਰੇਨ ਜੁੜੀ ਹੈ ਇਹਨਾਂ ਦੋਵਾਂ ਹੀ ਟ੍ਰੇਨਾਂ ਦੇ ਵਿੱਚ ਟਕਰਾਜ ਜਾਂਦੀ ਹੈ ਜਿਸ ਕਰਕੇ ਇੱਕ ਬਾਤ ਫਟਾਪਿਆਂ ਖਾਸਾ ਵਾਪਰ ਜਾਂਦਾ ਜਿਸ ਵਿੱਚ ਅਜੇ ਤੱਕ ਵੀ 700 ਲੋਕ ਲਾਪਤਾ ਦੱਸੇ ਜਾ ਰਹੇ ਨੇ ਸ਼੍ਰੀ ਦਰਬਾਰ ਸਾਹਿਬ ਨੇੜੇ ਬੰਬ ਮਿਲਣ ਦੀ ਅਫਵਾਹ ਪੁਲਿਸ ਨੇ ਨਿਹੰਗ ਸਣੀ ਚਾਰਨਾ ਬਾਲਕਾਂ ਨੂੰ ਲਿਆ ਕਿਰਾਸਤ ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਨੇੜੇ ਕਿਸੇ ਥਾਂ ਦੇ ਉੱਤੇ ਚਾਰ ਬੰਬ ਰੱਖੇ ਹੋਣ ਦੀ ਖਬਰ ਮਿਲਦਿਆਂ ਕਿ ਪੁਲਿਸ ਨੇ ਰਾਤ 1:30 ਵਜੇ ਪੂਰੇ ਸੂਬੇ ਨੂੰ ਲੜਕਾਰ ਦਿੱਤਾ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਂਚ ਕਰਨ ਦੇ ਲਈ ਪੁਲਿਸ ਲਾਈਨ ਤੋਂ ਤੁਰੰਤ 10 ਬੰਬ ਨਿਰਤੋ ਨਿਰੋਧਕ ਦਸਤੇ ਜੜੇ ਨੇ ਪਹੁੰਚੇ ਸਨ ਸਵੇਰੇ 4:00 ਵਜੇ ਤੱਕ ਘਰ-ਘਰ ਜਾ ਕੇ ਤਲਾਸ਼ੀ ਲਈ ਗਈ ਪਰ ਕੋਈ ਵੀ ਬੰਬ ਨਹੀਂ ਮਿਲਿਆ ਦੂਜੇ ਪਾਸੇ ਪੁਲਿਸ ਦੀ ਸਾਈਬਰ ਟੀਮ ਮੋਬਾਈਲ ਨੰ ਹੰਸ ਸਿੰਘ ਸੁਮੇਤ ਚਾਰ ਨਾਂ ਬਾਲਕਾਂ ਨੂੰ ਹਿਰਾਸਤ ਵਿੱਚ ਲੈ ਜਾਣਕਾਰੀ ਮੁਤਾਬਕ ਮਲਜ਼ਮਾ ਨੇ ਸ਼ਰਾਰਤ ਕਰਨ ਦੀ ਨੀਅਤ ਨਾਲ ਸਨੇਹਾ ਪੁਲਿਸ ਕੰਟਰੋਲ ਨੂੰ ਦਿੱਤਾ ਸੀ ਪਰ ਕੰਟਰੋਲ ਰੂਮ ਤੇ ਬੈਠੀ ਟੀਮ ਨੇ ਮਲਜ਼ਮਾ ਨੂੰ ਕਈ ਵਾਰ ਵਾਪਸ ਕਾਲ ਕੀਤੇ ਪਰ ਉਸ ਨੇ ਕਾਲ ਨਹੀਂ ਚੁੱਕੀ ਚਰਨਜੀਤ ਚੰਨੀ ਨੇ ਦੱਸਿਆ ਪਾਰਟੀ ਦੇ ਟੁੱਟਣ ਦਾ ਕਾਰਨ ਜਾਣੋ ਕਿ ਨਾ ਸੀਨੀਅਰ ਆਗੂਆਂ ਨੇ ਨਹੀਂ ਬਣਨ ਦਿੱਤੇ ਦੂਜੀ ਲਾਈਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਪਾਰਟੀ ਦੇ ਪਤਨ ਦੇ ਕਾਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਚਰਨਜੀਤ ਚੰਨੀ ਨੇ ਕਿਹਾ ਕਿ ਕੁਝ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਤੋੜਨ ਦਾ ਇਚਾਤਨ ਕੀਤਾ ਹਾਲਾਂਕਿ ਗਾਂਧੀ ਪਰਿਵਾਰ ਨੇ ਇਸ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸੀਨੀਅਰ ਅਹੁਦਿਆਂ ਦੇ ਉੱਤੇ ਕਾਪਸ ਲੋਕਾਂ ਦਾ ਵਤੀਰਾ ਇਸ ਤੋਂ ਉਲਟ ਰਿਹਾ ਉਮੀਦਵਾਰਾਂ ਦੇ ਐਲਾਨ ਸਬੰਧੀ ਨੀਤੀ ਸਪਸ਼ਟ ਨਹੀਂ ਹੈ ਸ਼ੁਰਾਰਤੀ ਅੰਸ਼ਾਂ ਦੇ ਵਿਸ਼ੇਸ਼ ਅਧਿਕਾਰ ਹਨ ਪਾਰਟੀ ਉੱਤੇ ਨਿਰਪਰ ਕਰਦੀ ਹੈ ਉਹਨਾਂ ਦੀ ਗਿਣਤੀ ਵਧ ਰਹੀ ਹੈ ਸਨਲ ਵਫਾਦਾਰ ਲੋਕਾਂ ਦਾ ਮਨੋਬਲ ਟਿਕ ਹੈ ਇਹ ਨਤੀਜੇ ਪੰਜਾਬ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਾਂਗਰਸ ਤੇ ਆਪਣੀ ਖੋਜ ਦੌਰਾਨ ਕੱਢਿਆ ਉਹਨਾਂ ਨੇ ਇੱਕ ਖੋਜ ਸੈਂਟਰ ਫੋਰਟ ਆ ਸਟਡੀ ਆਫ ਸੋਸ਼ਲ एक्सक्लूजन ਅਤੇ ਇਨਕਲੂਸਿਵ ਪਾਲਿਸੀ ਪੰਜਾਬ ਯੂਨੀਵਰਸਿਟੀ ਵਿਖੇ ਰਿਸਰਚ ਸਕਾਲਰਵਾਂ ਚੋਂ ਕਿਤੇ ਜਸ ਦੀ ਅਗਵਾਈ ਪ੍ਰੋਫੈਸਰ ਇਮੈਨੁਅਲ ਨਾਖਰ ਦੀ ਅਗਵਾਈ ਦੇ ਵਿੱਚ ਹੋਈ।